हाँ दोस्तों, स्वागत है एक होर नवीं अपडेट वीडियो। तो दोस्तों, सिद्धू मूसेवाला बारे काफ़ी ज़्यादा खास अपडेट कवर करांगे जी इस वीडियो। तो पहले तो गल की अवे एन आर आई वालों कल अफसाना खान को जांच पड़ताल लिए बुलाया गया। सिद्धू मूसेवाला के केस के बंबी हब ग्रुप के नाल लिंक रख दी अफसाना खान, तो उस बारे गलबात करनी थी। तो अज दोपहर में 2 बजे अपने इंस्टाग्राम अकाउंट पर अफसाना खान लाइव आऊगी, गलबात करूगी जस्टिस दी सिद्धू मूसेवाला वास्ते। ਅਤੇ ਨਾਲ ਹੀ ਗੱਲ ਕੀਤੀ ਜਾਵੇ ਹਸਟਲਰ ਗਾਣਾ ਆ ਰਿਹਾ ਗਿੱਲ ਰੌਂਤੇ ਦਾ, ਤੁਸੀਂ ਦੇਖ ਸਕਦੇ ਹੋ ਆਫਿਸ਼ੀਅਲੀ ਪੋਸਟਰ ਰਿਲੀਜ਼ ਕਰ ਦਿੱਤਾ ਗਿਆ 27 ਤਰੀਕ ਨੂੰ ਵਿਦ ਆਫਿਸ਼ੀਅਲੀ ਤੌਰ 'ਤੇ ਰਿਲੀਜ਼ ਹੋ ਜੂਗਾ ਹਸਟਲਰ ਗਾਣਾ। ਅਤੇ ਹੁਣ ਗੱਲ ਕੀਤੀ ਜਾਵੇ ਸਿੰਘਾ ਪਰ, ਤਾਂ ਦੋਸਤੋ ਸਿੰਘੇ ਦੇ ਵੱਡੇ ਗਾਣੇ ਲੀਕ ਹੋ ਚੁੱਕੇ ਨੇ। ਆਈ ਐਮ ਸਟਿਲ ਲਾਈਵ LP ਦੇ 2 ਪਾਰਟ ਤੋਂ ਖਾਲਸਾ ਕਾਲਜ, ਅਤੇ ਇੱਕ ਹੋਰ ਗਾਣਾ ਹੈ ਮਾਲਪੁਰ ਵਾਲੇ, ਤੁਸੀਂ ਦੇਖ ਸਕਦੇ ਹੋ 2 ਗਾਣੇ ਵੱਡੇ ਲੀਕ ਕਰ ਦਿੱਤੇ ਗਏ ਨੇ। ਬਾਕੀ ਦੋਸਤੋ ਲੀਕ ਗਾਣਿਆਂ ਨੂੰ ਨਾ ਸੁਣੋ, ਵੱਧ ਤੋਂ ਵੱਧ ਰਿਪੋਰਟ ਕਰੋ, ਕਿਉਂਕਿ ਯਾਰ ਹਰ ਇੱਕ ਆਰਟਿਸਟ ਦੀ ਮਿਹਨਤ ਲੱਗੀ ਹੁੰਦੀ ਹੈ ਹਰ ਗਾਣਿਆਂ 'ਤੇ। ਅਤੇ ਪ੍ਰੇਮ ਢਿੱਲੋਂ ਨੇ ਸਟਾਈਲ ਕਾਪੀ ਕੀਤੇ ਸਿੱਧੂ ਮੂਸੇਵਾਲਾ ਦੇ ਸਟਾਈਲ ਦੇ ਵਿੱਚ ਗਾਉਣ ਵਾਲਾ ਕੰਪੋਜੀਸ਼ਨ ਚੱਕੀ ਹੋਈ ਹੈ। ਤੁਸੀਂ ਦੇਖ ਸਕਦੇ ਹੋ ਇੱਕ ਲਾਈਵ ਸ਼ੋਅ ਦੇ ਵਿੱਚ ਗਾਣਾ ਗਾਉਣਾ ਹੁੰਦਾ, ਜਿਸਦੀ ਕਿ ਕੰਪੋਜੀਸ਼ਨ ਮਿਲਦੀ ਹੈ ਬਾਈ ਬਾਈ ਸੌਂਗ ਤੋਂ ਗੁਲਾਬ ਸਿੱਧੂ ਅਤੇ ਸਿੱਧੂ ਮੂਸੇਵਾਲਾ ਦੀ। ਬਾਕੀ ਤੁਹਾਨੂੰ ਕੀ ਲੱਗਦਾ ਕਮੈਂਟ ਕਰਕੇ ਜ਼ਰੂਰ ਦੱਸਿਓ। ਉਹ ਸਾਲੇ ਗੱਲੀ ਬਾਤੀ ਨਰ ਬਣਦੇ, ਹੋ ਰੰਨਾ ਦੀਆਂ ਪੂਰਦੇ ਨੇ ਬੁੱਤੀਆਂ, ਹੋ ਬੈਠੇ ਨੰਗੇ ਪਿੰਡੇ ਡੇ ਸੇਕਣ, ਹੋ ਸਾਡੀ ਠੁੱਕਦੀ ਜੋ ਬੜੇ